ਗੱਲਬਾਤ ਕਰੋ, ਜੰਗ ਨਾ ਲਾਇਆ, ਜੇ ਦਵਾਈ ਰੱਬ ਦੀ ਅਸੀਂ ਮਰ ਜਾਂਗੇ। ਜੀ ਜੀ ਜੀ, ਇਹ ਜਿਹੜੇ ਇਹ ਵੇਖੋ, ਇਹ 600 ਕਿਲੋਮੀਟਰ ਲੰਮੀ ਸਰਹੱਦ ਹੈ ਜੀ ਪਾਕਿਸਤਾਨ ਨਾਲ ਲੱਗਦੀ, ਤੇ 20 ਕਿਲੋਮੀਟਰ ਇਹ ਬੰਨੇ ਲਾ ਲਓ, ਤੇ 20 ਕਿਲੋਮੀਟਰ ਪਾਕਿਸਤਾਨ ਵਾਲੇ ਦਾ ਲਾ ਦੋ, ਤੇ ਬਦਲਾ ਕਿਤੋਂ ਲੈਣਾ ਜੀ? ਬਦਲਾ ਤਾਂ ਤੁਸੀਂ ਸਾਡੇ ਤੋਂ ਲੈਣ ਲੱਗੇ ਜੀ, ਬਦਲਾ ਪਾਕਿਸਤਾਨ ਤੋਂ, ਦਵਾਈ ਰੱਬ ਦੀ ਨੀ, ਪਾਕਿਸਤਾਨ ਤੋਂ ਕੋਈ ਬਦਲਾ ਨੀ ਸਰਕਾਰ ਲੈਣ ਲੱਗੀ, ਬਦਲਾ ਤਾਂ ਸਾਡੇ ਤੋਂ ਲੈਣ ਲੱਗੀ ਆ। ਅੱਛਾ, ਕੀ ਇਹਦੇ ਚ ਵੇਖੋ, ਚਲੋ ਆ ਹਿੰਦੁਸਤਾਨ ਨੇ ਉਧਰ ਜਾ ਕੇ ਅੱਤਵਾਦੀਆਂ ਦੇ ਟਿਕਾਣਿਆਂ ਤੇ ਹਮਲਾ ਕਰਤਾ, ਮੰਨ ਲਿਆ ਕਰਤਾ, ਹੁਣ ਉਹਦੇ ਚ ਕੋ ਫਾਇਦਾ ਨਿਕਲਿਆ? ਪਾਕਿਸਤਾਨ ਨੇ ਹਮਲਾ ਕੀਤਾ ਤੇ ਸਾਡੇ ਦੋ ਜਹਾਜ਼ ਡਿੱਗ ਪਏ, ਠੀਕ ਆ, ਉਹ ਕਿਹਦਾ ਪੈਸਾ? ਉਹ ਸਾਡਾ ਹੀ ਪੈਸਾ। ਵੇਖੋ ਉਹਦੇ ਚ ਦੋ ਤਿੰਨ ਬੰਦੇ ਮਰ ਗਏ, ਕੁਝ ਬੰਦੇ ਪਾਕਿਸਤਾਨ ਨੇ ਫਾ ਲਿਆ, ਹੈ? ਅਸੀਂ ਤਾਂ ਫਿਰ ਵੀ ਇਨਸਾਨੀਅਤ ਨਾਤੇ ਸਮਝਦੇ ਹਾਂ ਕਿ ਇਮਰਾਨ ਖਾਨ ਇੱਕ ਸਿਆਣਾ ਬੰਦਾ, ਠੀਕ ਆ, ਜਿੰਨੇ ਬੰਦਾ ਸਾਡਾ ਛੱਡਤਾ, ਬਿਨਾਂ ਸ਼ਰਤ ਛੱਡਤਾ, ਤੇ ਸਾਡਾ ਮੀਡੀਆ ਜਾਂ ਸਾਡੇ ਲੋਕ ਯਾਰ, ਸਾਡੇ ਲੀਡਰ ਅਜੇ ਵੀ ਆਖੀ ਜਾਂਦੇ ਅਸੀਂ ਡਰਾ ਕੇ ਛਡਾ ਲਿਆ। ਉਹ ਇਨਸਾਨੀਅਤ ਨੂੰ ਤਾਂ ਇਨਸਾਨੀਅਤ ਆਖੋ ਯਾਰ, ਉਹ ਸੱਚ ਨੂੰ ਤਾਂ ਸੱਚ ਆਖੋ, ਇਹ ਕਿੱਧਰ ਨੂੰ ਗੱਲ ਯਾਰ ਤੁਰ ਪਈ? ਇਹ ਤਾਂ ਉਹ ਗੱਲ ਹੋ ਗਈ, ਉਹ ਕਹਿੰਦੇ ਹੁੰਦੇ ਆ ਕਾਫਲੇ ਵਾਲੋਂ ਕਾਬ ਤੋਂ ਖੁਦਾ ਹੀ ਹਾਫਿਜ਼, ਰਾਸਤਾ ਬਤਾਨੇ ਵਾਲੇ ਖੁਦ ਹੀ ਰਾਸਤਾ ਭੁੱਲ ਗਏ। ਜਦੋਂ ਰਸਤਾ ਦੱਸਣ ਵਾਲੇ ਗਲਤ ਰਾਹ ਦੱਸ ਦੇਣ ਕਾਫਲੇ ਵਾਲਿਆਂ ਨੂੰ, ਉਹ ਫਿਰ ਤਾਂ ਕਾਫਲੇ ਨੇ ਗਲਤ ਥਾਂ ਤੇ ਜਾਣਾ ਹੀ, ਉਹਨੇ ਡੁੱਬਣਾ ਵੀ, ਉਹਨੇ ਮਰਨਾ ਵੀ ਹੈ। ਬਿਲਕੁਲ, ਉਧਰ ਲੈਂਦੇ ਪੰਜਾਬ ਦੇ ਵਿੱਚ ਸਾਡੇ ਬਾਬੇ ਨਾਨਕ ਦੀ ਧਰਤੀ ਹੈ, ਗੁਰੂ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਕਰਤਾਰਪੁਰ ਦੇ ਲਾਂਘੇ ਦੀ ਗੱਲ ਚੱਲ ਰਹੀ ਹੈ, ਜੇ ਜਾਂ ਮਾਹੌਲ ਸੁਖਾਵਾਂ ਨਹੀਂ ਰਹਿੰਦਾ, ਮੇਰਾ ਖਿਆਲ ਉਹ ਲਾਂਘੇ ਤੇ ਵੀ ਅਸਰ ਪੈਣਾ ਸੁਭਾਵਿਕ ਹੈ, ਸਿੱਖਾਂ ਲਈ ਇੱਕ ਹੋਰ ਵੱਡੀ ਚੁਣੌਤੀ। ਵੇਖੋ ਜੀ ਜੇ ਆਪਾਂ ਇੱਕ ਤਰਫਾ ਹੀ ਆਖੀਏ, ਵੀ ਇੱਕ ਤਰਫਾ ਅਸੀਂ ਗੋਲੇ ਸੁੱਟੀ ਜਾਵਾਂਗੇ ਤੇ ਅਸੀਂ ਜੰਗ ਲਈ ਜਾਵਾਂਗੇ ਤੇ ਸਾਨੂੰ ਫੇਰ ਵੀ ਰਾਹ ਦੇ, ਫੇਰ ਰਾਹ ਨੀ ਮਿਲਣਾ। ਵੇਖੋ ਇੱਕ ਤਰਫਾ ਕਦੇ ਵੀ ਜਿਹੜਾ ਪਿਆਰ ਨਹੀਂ ਨਿਭਣਾ, ਜਿੰਨਾ ਚਿਰ ਤੁਸੀਂ ਮੈਨੂੰ ਨਾ ਮਿਲੋ, ਮੈਂ ਤੁਹਾਨੂੰ ਨਾ ਮਿਲਾਂ, ਫੇਰ ਕਿੱਥੋਂ ਲਾਂਘਾ ਮਿਲ ਜੂ ਸਾਨੂੰ? ਲਾਂਘਾ ਤਾਂ ਬੰਦ ਹੋਊਗਾ। ਪਰ ਜੇ ਥੋੜਾ ਜਿਹਾ ਬ੍ਰੇਕ ਤੇ ਪੈਰ ਰੱਖਣਗੀਆਂ ਸਾਡੀਆਂ ਸਰਕਾਰਾਂ ਤੇ ਲਾਂਘਾ ਦਊਗਾ। ਇਮਰਾਨ ਖਾਨ ਜੇ ਬੰਦੇ ਛੱਡ ਸਕਦਾ ਬਿਨਾਂ ਸ਼ਰਤ, ਤੇ ਲਾਂਘਾ ਉਹਨੇ ਬੰਦ ਨਹੀਂ ਕਰਨਾ। ਪਰ ਫਿਰ ਵੀ ਸਰਕਾਰ ਉਹਨਾਂ ਦੀ ਆ, ਕੱਲ ਨੂੰ ਸਾਡੀ ਸਰਕਾਰ ਹਮਲਾ ਕਰਦੀ ਆ, ਲੜਾਈ ਲੱਗਦੀ ਆ, ਤੇ ਪਾਕਿਸਤਾਨ ਦੀ ਸਰਕਾਰ ਤੇ ਵੀ ਉੱਥੋਂ ਦੇ ਲੋਕਾਂ ਦਾ ਜਿਹੜਾ ਦਬਾਅ ਬਣੂਗਾ, ਤੁਸੀਂ ਕਿਉਂ ਲਾਂਘਾ ਦਿੰਦੇ ਜੀ ਯਾਰ? ਬਿਲਕੁਲ, ਠੀਕ ਆ। ਸਾਡੀ ਫੌਜ ਹੁਣ ਜਿਹੜੀ ਸਿੱਖ ਫੌਜ ਆ, ਉਹ ਸਾਡੀ ਸਰਕਾਰ ਨੇ ਬਾਰਡਰਾਂ ਤੇ ਲਾ ਦੇਣੀ ਆ, ਸਾਨੂੰ ਪਤਾ, ਤੇ ਜਦੋਂ ਸਿੱਖ ਪਾਕਿਸਤਾਨ ਗੋਲੇ ਸੁੱਟਣਗੇ ਤੇ ਉਹਨਾਂ ਦੇ ਬੰਦੇ ਮਾਰਨਗੇ, ਤੇ ਸਾਡਾ ਲਾਂਘਾ ਇਮਰਾਨ ਖਾਨ ਬੰਦ ਨਾ ਕਰੂਗਾ? ਜੀ ਜੀ ਜੀ। ਹੁਣ ਜਿਹੜੇ ਨੌਕਰੀ ਦੇ ਨੇ ਉਹ ਤਾਂ ਮਜਬੂਰ ਨੇ, ਸਾਡੇ ਵਰਗੇ ਤਾਂ ਮਜਬੂਰ ਨਹੀਂ ਸਰਕਾਰ ਦੇ ਹੱਥੋਂ, ਤੇ ਅਸੀਂ ਤਾਂ ਆਪਦੀ ਆਵਾਜ਼ ਸਹੀ ਗੱਲ ਕਰ ਸਕਦੇ ਹਾਂ। ਜਿਹੜਾ ਬੰਦਾ ਨੌਕਰੀ ਤੇ ਲੱਗਾ ਹੈ, ਜਿਹਨੂੰ 40-50 ਹਜ਼ਾਰ, ਉਹਨੇ ਤਾਂ ਸਰਕਾਰ ਦਾ ਹੁਕਮ ਮੰਨਣਾ, ਉਹਨੇ ਤਾਂ ਬਾਰਡਰਾਂ ਤੇ ਆ ਕੇ ਤੇ ਉੱਥੇ ਅਟੈਕ ਕਰਨਾ ਹੀ ਕਰਨਾ, ਤੇ ਫਿਰ ਇਹਦਾ ਰੋਸ ਵਜੋਂ ਪਾਕਿਸਤਾਨ ਦੇ ਦਿਲ ਜਿਹੜੀ ਦਿਲ ਚ ਆ, ਉਹ ਜਿਹੜੀ ਆ ਨਫ਼ਰਤ ਪੈਦਾ ਹੋਵੇਗੀ ਸਿੱਖਾਂ ਵਾਸਤੇ। ਬਿਲਕੁਲ।